वेलकम टू खन्ना न्यूज लाइव। समराला च नजायज संबंधां दे चलदे एक औरत ते आदमी वल्लों आत्महत्या करन दा मामला सामने आया है। दोवें मृतक शादीशुदा सन अते मृतक व्यक्ति सिविल हस्पताल दा कर्मचारी दस्या जा रहा है। मृतक दी मां ते भरा दा कहना है कि जदों इह घटना वापरी तां उह कम्म ते गए होए सन। मृतक दी मां ने दस्या कि उसदा बेटा सोहरे परिवार विच रहिंदा सी ते कदे कदाई उन्हां नूं मिलण आउंदा सी। बीते दिनी उह सीधा कम्म तों घरे आ गया अते अंदरों दरवाजा बंद कर लिया। जदों काफी देर तक दरवाजा नहीं खोलिया तां उन्हां बड़ी मुशक्कत नाल दरवाजा खोलिया। फिर उन्हां नूं इस घटना बारे पता लग्गिया। समराला दे थाना SHO इंस्पैक्टर कुलजिंदर सिंह गरेवाल ने दस्या कि पुलिस वल्लों मामला दर्ज कर जांच कीती जा रही है। ਇਹ ਘਟਨਾ ਕੱਲ੍ਹ ਦੀ 6:15 ਅਸੀਂ ਆਪਦੇ ਘਰੋਂ ਜਦ ਇੱਥੇ ਰੌਲਾ ਪਿਆ ਚੀਂਗ ਝਾੜ ਪਿਆ ਅਤੇ ਸਾਡੇ ਪਰਿਵਾਰ ਅਸੀਂ ਭੱਜ ਕੇ ਆਏ ਦੇਖਿਆ ਅਤੇ ਅੰਦਰ ਦਾ ਗੇਟ ਬੰਦ ਸੀਗਾ ਅਤੇ ਫਿਰ ਅੰਦਰ ਪੌੜੀ ਟੱਪ ਕੇ ਨੰਗੇ ਨੇ। ਇਹਦੀ ਮਾਂ ਅਤੇ ਇਹ ਵਿਚਾਰੇ ਬਾਹਰ ਸੀਗੇ ਦੋਨੇ, ਉਹ ਜਾਣੀ ਜਿਹੜੀ ਕੁੜੀ ਔਰ ਮੁੰਡਾ ਦੋਨੇ ਅੰਦਰ ਸੀਗੇ। ਮੁੰਡਾ ਇੱਥੇ ਲਟਕਦਾ ਸੀਗਾ ਅਤੇ ਕੁੜੀ ਇੱਧਰ ਅਲੱਗ ਅਲੱਗ ਕਮਰੇ ਕੁੜੀ ਥੱਲੇ ਪਈ ਸੀਗੀ। ਫਿਰ ਅੱਗੇ ਚੱਕ ਕੇ ਤੁਹਾਨੂੰ ਡੈੱਡ ਸੀ ਕੁੜੀ। ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਕੀ ਚੱਕਰ ਆ ਕੀ ਨਹੀਂ ਹੈਗਾ, ਠੀਕ ਨਹੀਂ। ਅਤੇ ਜਦ ਫਿਰ ਅਸੀਂ ਟੈਲੀਫੋਨ ਕੀਤਾ ਪੁਲਿਸ ਨੇ ਵੀ ਕੀਤਾ, ਫਿਰ ਕਾਰਵਾਈ ਕਰਨ ਉਹਨੂੰ ਕਿਹਾ ਅਤੇ ਫਿਰ ਪੁਲਿਸ ਮੌਕੇ 'ਤੇ ਆ ਗਈ ਸੀ। ਸੁਸਾਈਡ ਦੋਨਾਂ ਨੇ ਕੀਤਾ ਕਿ ਪਹਿਲਾਂ ਮੁੰਡੇ ਨੇ? ਪਹਿਲਾਂ ਹੋ ਸਕਦਾ ਕੁੜੀ ਨੇ ਜਿਹੜੀ ਇੱਧਰ ਪਈ ਅਤੇ ਮੁੰਡਾ ਇੱਧਰ ਲੜਕਦਾ ਸੀਗਾ ਮੰਜੇ ਦੇ ਉੱਕਣੇ, ਕੁੜੀ ਜਾਣੀ ਉੱਤੋਂ ਲਾਹ ਕੇ ਹੋ ਸਕਦਾ ਵੀ ਥੱਲੇ ਪਈ ਹੋਈ ਨੇ, ਉਦੋਂ ਬਾਅਦ ਮੁੰਡੇ ਨੇ ਗਿਰਿਆ ਬਾਅਦ 'ਚ। ਧਰਮਜੀਤ ਆ ਜੀ। ਧਰਮਜੀਤ ਕਿਹੜਾ ਪਿੰਡ ਆ? ਬਾਲਿਓ ਪਿੰਡ ਆ ਜੀ। ਕੀ ਗੱਲ ਹੋਈ ਸੀ? ਕੀ ਗੱਲ ਪਿਤਾ ਜੀ ਅਤੇ ਮੇਰਾ ਵੱਡਾ ਭਰਾ ਗੁਰਪ੍ਰੀਤ ਸਿੰਘ ਉਮਰ 40 ਸਾਲ ਅਤੇ ਉਹਨਾਂ ਨੇ ਕੱਲ੍ਹ ਸੁਸਾਈਡ ਕਰ ਲਈ ਅਤੇ ਸਾਡੇ ਘਰ ਕੋਈ ਹੈ ਨਹੀਂ ਸੀਗਾ। ਘਰ ਉਹ ਇਕੱਲਾ ਕੰਮ ਤੋਂ ਆਇਆ, ਸਰਕਾਰੀ ਹਸਪਤਾਲ ਦੇ ਵਿੱਚ ਕੰਮ ਕਰਦਾ ਸੀਗਾ। ਉਹ ਆ ਕੇ ਘਰ ਕੋਈ ਹੈ ਨਹੀਂ ਸੀਗਾ ਅਤੇ ਉਹਨੇ ਘਰ ਆ ਕੇ ਆਪਣੀ ਸੁਸਾਈਡ ਕਰ ਲਈ। ਕੀ ਕਾਰਨ ਸੀ? ਸਾਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਜੀ ਵੀ ਕੀ ਕਾਰਨ ਸੀਗਾ। ਪਹਿਲੀ ਵਾਰ ਦੇਖਿਆ ਕੱਲ ਉਹਨੂੰ, ਉਹਦੇ ਜਦ ਅੰਦਰ ਪਈ ਦੇਖੀ ਆ। ਲੱਗਦਾ ਕੋਈ ਪ੍ਰੇਮ ਸੰਬੰਧ ਵਗੈਰਾ ਕੁਛ ਏਦਾਂ ਦਾ? ਪਤਾ ਨਹੀਂ ਵੀ ਹੋ ਸਕਦਾ ਵਾ ਉਹਦਾ, ਸਾਨੂੰ ਤਾਂ ਨਾ ਕਦੇ ਉਹਨੇ ਗੱਲ ਕੀਤੀ ਜਾਂ ਕੋਈ ਨਾ ਦੱਸਿਆ ਕਦੇ। ਕੋਈ ਬੱਚਾ ਹੈਗਾ? ਨਹੀਂ ਜੀ, ਬੱਚਾ ਉਹਦੇ ਕੋਈ ਨਹੀਂ ਹੈਗਾ। ਨਾਮ ਸੀਗਾ ਤੁਹਾਡੇ ਲੜਕੇ ਦਾ ਜੀ? ਗੁਰਪ੍ਰੀਤ ਸਿੰਘ। ਅੱਛਾ ਗੁਰਪ੍ਰੀਤ ਸਿੰਘ, ਕੀ ਗੱਲ ਕੀ ਹੋ ਗਈ ਸੀਗੀ? ਪਤਾ ਹੀ ਨਹੀਂ ਸੀ, ਗੱਲ ਦਾ ਜਟਾ ਕੋਈ ਲੜਾਈ ਪੜਾਈ ਹੋ ਗਈ। ਮੁੰਡਾ ਮੇਰਾ ਛੋਟਾ ਕੰਮ ਤੇ ਗਿਆ, ਮੈਂ ਵੀ ਕਿਤੇ ਬਾਹਰ ਚੱਲੇ ਗਈ ਬਸ। ਪਤਾ ਹੀ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਉਹਨੂੰ ਜਾਣੇ ਤਾਂ ਉਹਦਾ ਵਾਹਿਗੁਰੂ ਜਾਣੇ, ਉਹਨਾਂ ਨੂੰ ਪਤਾ। ਤੁਸੀਂ ਮਾਤਾ ਜੀ ਲੜਕੇ ਦੇ? ਕੌਣ ਸੀਗੀ ਕੌਣ ਨਹੀਂ, ਮੈਂ ਤਾਂ ਰਾਤ ਵੀ ਨਹੀਂ ਦੇਖੀ ਚੱਜ ਨਾਲ ਵੀ ਉਹ ਕਹੇ ਜੀ। ਮੁੰਡੇ ਦੀ ਉਮਰ ਕਿੰਨੀ ਸੀਗੀ? 40 ਸਾਲ ਦਾ ਜੀ। ਕੀ ਨਾਂ ਸੀ ਮੁੰਡੇ ਦਾ ਜੀ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਜੀ, ਤੁਹਾਡਾ ਨਾਂ ਕੀ ਆ ਜੀ? ਸੁਰਿੰਦਰ। ਸੁਰਿੰਦਰ, ਮਾਤਾ ਜੀ ਤੁਸੀਂ ਦੱਸੋ, ਜਿਹੜਾ ਤੁਹਾਡਾ ਰਿਸ਼ਤੇਦਾਰ ਜਮਾਈ ਸੀ ਤੁਹਾਡਾ, ਕੀ ਗੱਲ ਕੀ ਹੋ ਗਈ ਸੀ? ਸਾਨੂੰ ਤਾਂ ਪਤਾ ਹੀ ਨਹੀਂ ਕੀ ਗੱਲ ਦੀ, ਸਾਡੇ ਕੋਲ ਤਾਂ ਮਹੀਨਾ ਹੋ ਗਿਆ ਸੀ, ਮਹੀਨਾ ਹੋ ਗਿਆ ਜਾਏ ਨੂੰ ਉੱਥੋਂ, ਕੋਈ ਸਾਡੇ ਕੋਲ ਚੰਗਾ ਭਲ ਆਇਆ ਕੋਈ ਗੱਲ ਹੈ? ਤੁਹਾਡਾ ਕਿਹੜਾ ਪਿੰਡ ਆ ਜੀ? ਮੁਸ਼ਕਾਬਾਦ। ਅੱਛਾ ਮੁਸ਼ਕਾਬਾਦ, ਅੱਛਾ ਮੁੰਡੇ ਦੇ ਮੁਸ਼ਕਾਬਾਦ ਸਾਰੇ ਸੀਗੇ ਜੀ। ਅੱਛਾ,
ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਮਨਜੀਤ ਕੌਰ। ਸ਼ਿਮਨ ਜੀ ਇਹਨੂੰ ਤਾਂ ਪੁੱਛਦਾ ਹੀ ਨਹੀਂ ਹੁਣ ਮਹੀਨਾ ਹੋ ਗਿਆ ਜੀ ਇਹਨੂੰ। ਹਾਂ ਬੇਟੇ ਕੀ ਕੀ ਗੱਲ ਕੀ ਹੋ ਗਈ ਬੇਟੇ? ਅੱਛਾ ਪਤਾ ਵੀ ਕਿੱਥੇ ਦੀ ਜਨਾਨੀ ਉਹ? ਪਾਲੇ ਕੱਲ੍ਹ ਸ਼ਾਮ ਨੂੰ ਇੱਥੋਂ ਪਿੰਡ ਦੇ ਮੋਹਤਰ ਵਿਅਕਤੀਆਂ ਦਾ ਅਤੇ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਪਿੰਡ ਪਾਲੇ ਵਿਖੇ ਦੋ ਵਿਅਕਤੀਆਂ ਦੀਆਂ ਸੁਸਾਈਡ ਕਰ ਲਿਆ ਤਾਂ ਅਸੀਂ ਮੌਕੇ 'ਤੇ ਜਾ ਕੇ ਦੇਖਿਆ ਅਤੇ ਉਹ ਗੁਰਪ੍ਰੀਤ ਸਿੰਘ ਸਨ ਆਫ ਭਾਨ ਸਿੰਘ ਉੱਥੇ ਇੱਕ ਕਮਰੇ ਦੇ ਵਿੱਚ ਉਹਨੇ ਪੱਖੇ ਦੇ ਹੋਕੇ ਨਾਲ ਸੁਸਾਈਡ ਕੀਤਾ ਸੀ ਰੱਸੀ ਪਾ ਕੇ। ਉਸਦੇ ਨਾਲ ਦੇ ਕਮਰੇ 'ਚ ਇੱਕ ਲੜਕੀ ਦੀ ਲਾਸ਼ ਪਈ ਸੀ ਜਿਹਦਾ ਪਹਿਲਾਂ ਨਾਮ ਨਹੀਂ ਪਤਾ ਲੱਗਿਆ ਸੀ। ਉਸ ਤੋਂ ਬਾਅਦ ਟਰੇਸ ਕਰਨ ਦੇ ਪਤਾ ਲੱਗਿਆ ਲੜਕੇ ਦਾ ਨਾਮ ਅਮਨਪ੍ਰੀਤ ਕੌਰ ਆ, ਪੁੱਤਰੀ ਸੁਰਜੀਤ ਸਿੰਘ ਆ ਅਤੇ ਇਹ ਜਗਤਾਰ ਸਿੰਘ ਪਿੰਡ ਸਨ ਆਫ ਮਹਿੰਦਰ ਸਿੰਘ ਬਾਸੀ ਪਿੰਡ ਰਾਈਆਂ ਆਪਣੇ ਭੈਣੀ ਸਾਹਿਬ ਦੇ ਕੋਲ ਉਹਨਾਂ ਪਏ ਹੋਏ ਸੀ। ਲੜਕੀ ਦਾ ਵਿਆਹ ਹੁਣ 5 ਸਾਲ ਹੋ ਗਏ ਸੀ, ਉਹਦੇ ਇੱਕ ਬੱਚਾ 2 ਸਾਲ ਦਾ ਅਤੇ ਮੁੰਡਿਆਂ ਦਾ ਵਿਆਹ ਹੁਣ 12-13 ਸਾਲ ਹੋ ਗਏ, ਇਹਦੇ ਕੋਈ ਬੱਚਾ ਨਹੀਂ ਸੀ। ਇਹਦੇ ਸਹੁਰੇ ਹੈਗੇ ਮੁਸ਼ਕਾਬਾਦ ਪਿੰਡ ਜਿਹੜਾ ਮ੍ਰਿਤਕ ਆ ਮੁੰਡਾ। ਇਹ ਆਪਣੇ ਸਿਵਲ ਹਸਪਤਾਲ ਸਮਰਾਲੇ ਕੰਮ ਕਰਦੇ, ਦਰਜਾ 4 ਸੀਗਾ। ਇਹ ਪਤਾ ਲੱਗਿਆ ਵੀ ਇਹ ਲੜਕੀ ਅਤੇ ਰਿਸ਼ਤੇਦਾਰ ਇੱਥੇ ਦਵਾਈ ਲੈਂਦੇ ਸਿਵਲ ਹਸਪਤਾਲ ਤੋਂ, ਕਾਫੀ ਚਿਰ ਪਹਿਲਾਂ ਦੀ ਗੱਲ ਹੈ, ਕੰਟੀਨਿਊ ਚੱਲੇ ਆ ਰਹੇ ਸੀ। ਉਸ ਤੋਂ ਬਾਅਦ ਇਹਨਾਂ ਦੇ ਰਿਲੇਸ਼ਨ ਹੋ ਗਏ, ਫਿਰ ਦੋਸਤੀ ਹੋ ਗਈ, ਫੈਮਿਲੀ ਟਾਈਪ ਹੋ ਗਏ, ਇੱਕ ਦੂਜੇ ਨੂੰ ਮਿਲਣ ਵਰਤਣ ਲੱਗ ਗਏ। ਹੁਣ ਪਤਾ ਲੱਗਿਆ ਕੱਲ੍ਹ ਇਹ ਹੋਸਪਿਟਲ 'ਚ 2 ਵਜੇ ਗਿਆ ਘਰ ਨੂੰ ਅਤੇ ਘਰ ਜਾ ਕੇ ਉਹ ਲੜਕੀ ਆਈ ਸੀਗੀ ਅਤੇ ਇਹਦੀ ਮਦਰ ਨਰੇਗਾ ਹੀ ਕੰਮ ਕਰਦੀ ਆ, ਉੱਥੇ ਕੰਮ ਕਰਨ ਗਈ ਸੀ। ਇਹਦਾ ਬ੍ਰਦਰ ਆ, ਉਹ ਪੇਂਟਰ ਆ, ਉਹ ਬਾਹਰ ਸੀ ਘਰ ਤੋਂ। ਜਦੋਂ ਉਹਦੀ ਮਾਤਾ ਆਈ ਤਾਂ ਉਹਨੇ ਦੇਖਿਆ ਕਿ ਗੇਟ ਬੰਦ ਆ, ਤਾਂ ਉਹਨੇ ਗੁਆਂਢੀਆਂ 'ਤੇ ਗੇਟ ਤੋਂ ਆ ਕੇ ਉੱਪਰ ਦੀ ਜਾ ਕੇ ਜਦ ਦੇਖਿਆ ਤਾਂ ਗੇਟ ਖੋਲ੍ਹਿਆ ਤਾਂ ਅੰਦਰ 2 ਹੀ ਕਮਰਿਆਂ 'ਚ ਦੋਵਾਂ ਦੀ ਡੈੱਡ ਬੋਡੀਆਂ ਪਈਆਂ ਸੀ। ਕੁੜੀ ਦੀ ਡੈੱਡ ਬੋਡੀ ਪਈ ਸੀ ਅਤੇ ਮੁੰਡੇ ਦੀ ਹੁੱਕ ਨਾਲ ਲੱਗ ਪਈ ਸੀ। ਜਿਹਨੇ ਡੈੱਡ ਬੋਡੀਆਂ ਉਤਾਰ ਕੇ ਸਾਰਾ ਮਿਲਾਇਆ ਕਰਕੇ ਪ੍ਰੋਪਰ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ 74 ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਕਰਾ ਕੇ ਲਾਸ਼ਾਂ ਬਾਦਸ਼ਾਹ ਵਾਲੇ ਕੀਤੀਆਂ ਜਾ ਰਹੀਆਂ। ਉਸ ਦਾ ਜੋ ਵੀ ਸਬਬ ਮਿਲਦਾ ਸ਼ਹਾਦਤ ਆ ਗਈ, ਉਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ। ਸਮਰਾਲਾ ਤੋਂ ਭੂਸ਼ਣ ਬੰਸਲ ਦੀ ਖਾਸ ਰਿਪੋਰਟ।